ਸਾਡੇ ਨਾਲ ਨੇ ਜੀ ਸਾਬਕਾ ਐਮਐਲਏ ਪੱਟੀ ਹਰਮਿੰਦਰ ਸਿੰਘ ਗਿੱਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ। ਸਰ ਕੀ ਕਹਿਣਾ ਚਾਹੋਗੇ ਸਰਕਾਰ ਦੀਆਂ ਮਾਨ ਸਰਕਾਰ ਦੀਆਂ ਇਹਨਾਂ ਦਮਨਕਾਰੀ ਨੀਤੀਆਂ ਬਾਰੇ? ਦੇਖੋ, ਕਹਿਣ ਵਾਲੀ ਤਾਂ ਗੱਲ ਕੋਈ ਹੈ ਹੀ ਨਹੀਂ। ਸਰਦਾਰ ਬਰਜਿੰਦਰ ਸਿੰਘ ਹਮਦਰਦ ਬੜੇ ਪੰਜਾਬ ਦੀ ਸਤਿਕਾਰਤ ਸ਼ਖਸੀਅਤ ਨੇ ਜੀ, ਔਰ ਅਜੀਤ ਅਖਬਾਰ ਪੰਜਾਬ ਦਾ ਸਰਵੋਤਮ ਪੰਜਾਬੀ ਅਖਬਾਰ ਹੈ, ਔਰ ਜੰਗੇ ਆਜ਼ਾਦੀ ਜਿਹਦੀ ਉਹਨਾਂ ਨੇ ਸੇਵਾ ਕੀਤੀ ਬਤੌਰ ਮੈਂਬਰ ਸੈਕਟਰੀ, ਉਹ ਇੱਕ ਬੜੀ ਇਤਿਹਾਸਕ ਯਾਦਗਾਰ ਹੈ, ਜਿਹੜੀ ਪੰਜਾਬ ਦੇ ਵਿੱਚ ਬੜੀ ਸਿੱਖਿਆ ਦਾ ਇੱਕ ਯਾਦਗਾਰ ਆ। ਔਰ ਉਹਨਾਂ ਨੂੰ ਬੁਲਾਉਣਾ ਇੱਕ ਵਿਜੀਲੈਂਸ ਦੇ ਛੋਟੇ ਜਿਹੇ ਦਫ਼ਤਰ ਵੱਲੋਂ, ਉੱਥੇ ਕੋਈ ਐਸਪੀ ਜਾਂ ਡੀਐਸਪੀ ਲੈਵਲ ਦੇ ਬੰਦੇ ਵੱਲੋਂ ਬਾਰ ਬਾਰ ਜਲੀਲ ਕਰਨਾ, ਔਰ ਖਾਸ ਕਰਕੇ ਮਾਨਸਾ ਵੱਲੋਂ ਟਵੀਟ ਕਰਕੇ ਬੜੀ ਭੱਦੀ ਸ਼ਬਦਾਵਲੀ ਵਰਤਣੀ, ਇਹ ਬਹੁਤ ਅਪਮਾਨਜਨਕ ਹੈ, ਨਾ ਕਾਬਲੇ ਬਰਦਾਸ਼ਤ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਔਰ ਜਿਨ੍ਹਾਂ ਨੂੰ ਅੰਗਰੇਜ਼ਾਂ ਵੇਲੇ, ਦੇਖੋ 1941 ਦੇ ਵਿੱਚ ਅਖਬਾਰ ਸ਼ੁਰੂ ਹੋਈ ਹੈ, ਅੰਗਰੇਜ਼ਾਂ ਵੇਲੇ ਫਿਰ ਮਾੜੇ ਹਾਲਾਤਾਂ ਮਿਲੀਟੈਂਸ ਦੇ ਦੌਰ ਦੇ ਵਿੱਚ ਜਦੋਂ ਇਹ ਅਖਬਾਰ ਅਗਵਾਈ ਕਰਦਾ ਰਿਹਾ, ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਉਠਾਉਂਦਾ ਰਿਹਾ, ਅਤੇ ਉਹਨਾਂ ਨੂੰ ਜਲੀਲ ਕਰਨਾ ਇੱਕ ਬਰਦਾਸ਼ਤ ਤੋਂ ਬਾਹਰ ਹੈ। ਇਹ ਇਸ ਤਰ੍ਹਾਂ ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਅੱਜ 70% ਵੋਟਾਂ 'ਤੇ ਹੱਕ ਰੱਖਣ ਵਾਲੇ ਲੋਕ ਜਿਹੜੇ ਅੱਜ ਸਾਰੇ ਹਮਦਰਦ ਸਾਹਿਬ ਦੇ ਨਾਲ ਨੇ, ਅਤੇ 30% ਵਾਲੇ ਲੋਕ ਦਬਾਉਣ ਦੀ ਕੋਸ਼ਿਸ਼ ਕਰਨਗੇ ਅਤੇ ਫਿਰ ਨੁਕਸਾਨ ਹੋਏਗਾ ਨਾ ਜੀ। ਬਿਲਕੁਲ ਸਰ, ਤੁਸੀਂ ਕੀ ਕਹਿਣਾ ਚਾਹੋਗੇ, ਜਿਵੇਂ ਕਿ ਅਸੀਂ ਟਵੀਟ ਦੀ ਸ਼ਬਦਾਵਲੀ, ਜਿਵੇਂ ਕਿ ਤੁਸੀਂ ਹੁਣੇ ਜ਼ਿਕਰ ਕੀਤਾ, ਟਵੀਟ ਦੀ ਸ਼ਬਦਾਵਲੀ ਹੈ ਜਿਹੜੀ ਬੜੀ ਭੱਦੀ ਹੁੰਦੀ ਜਾ ਰਹੀ ਹੈ, ਅਤੇ ਪਿੱਛੇ ਜੇ ਮਾਨ ਸਾਹਿਬ ਨੇ ਖੁਦ ਟਵੀਟ ਕਰਕੇ ਕਿਹਾ ਕਿ ਭਾਵੇਂ ਕੋਈ ਹਮਦਰਦ ਹੋਵੇ, ਬੇਦਰਦ ਹੋਵੇ, ਸਿਰਦਰਦ ਹੋਵੇ, ਸਭ ਨੂੰ ਬੇਪਰਦ ਕੀਤਾ ਜਾਏਗਾ। ਤੁਹਾਨੂੰ ਕੀ ਲੱਗਦਾ, ਇਸ ਸ਼ਬਦਾਵਲੀ ਨੂੰ ਵਰਤਣਾ ਇਹੋ ਜਿਹੇ ਉੱਚੇ ਅਹੁਦਿਆਂ ਵਾਲੇ ਨੂੰ ਸ਼ੋਭਾ ਦਿੰਦਾ? ਬੜੀ ਅਫਸੋਸਨਾਕ ਹੈ ਅਤੇ ਬੜੀ ਬਦਕਿਸਮਤ ਆ, ਔਰ ਕਦੇ ਅੱਜ ਤੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਇਸ ਤਰ੍ਹਾਂ ਟਵੀਟੋ ਟਵੀਟ ਹੀ ਨਹੀਂ ਹੁੰਦਾ ਰਿਹਾ। ਜਿਵੇਂ ਕਿ ਟਵੀਟ ਟਵੀਟ ਕਰਨ ਵਾਲੇ ਤਾਂ ਦਿੱਲੀ ਬੈਠੇ ਨੇ, ਉਹ ਮਾਨ ਸਾਹਿਬ ਦੇ ਨਾਂ 'ਤੇ ਟਵੀਟ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਕੋਈ ਇੱਜ਼ਤਦਾਰ ਲੋਕ ਜਾਂ ਇੱਜ਼ਤਦਾਰ ਸ਼ਖਸੀਅਤਾਂ ਜਿਹੜੀਆਂ ਉਹਨਾਂ ਬਾਰੇ ਕਿਵੇਂ ਬੋਲਣਾ, ਇਹ ਬਹੁਤ ਗਲਤ ਰੀਤ ਸ਼ੁਰੂ ਕਰ ਰਿਹਾ। ਮੇਰਾ ਖਿਆਲ ਦੇ ਵਿੱਚ ਇਹ ਦਿਨ ਤਾਂ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਕੱਲ੍ਹ ਨੂੰ ਜਦ ਕੋਈ ਦਿਨ ਮਾੜੇ ਆ ਗਏ ਫਿਰ ਚੱਲਿਆ ਨਹੀਂ ਜਾਣਾ ਆਪਣੇ ਕੋਲ। ਸ਼ੁਕਰੀਆ। ਸੋ ਸਾਡੇ ਨਾਲ ਨੇ ਜੀ ਇੰਦਰਜੀਤ ਸਿੰਘ ਬਾਸਰਕੇ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਕੀ ਕਹਿਣਾ ਚਾਹੋਗੇ, ਮਾਨ ਸਰਕਾਰ ਜੋ ਇਸ ਵੇਲੇ ਰੁੱਖ ਅਖਤਿਆਰ ਕੀਤਾ ਹੋਇਆ ਉਹਨਾਂ ਨੇ ਅਜੀਤ ਅਦਾਰੇ ਤੇ ਹਮਦਰਦ ਸਰ ਦੇ ਵਿਰੁੱਧ? ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ, ਸੱਤਾ ਹਾਸਲ ਕਰਕੇ ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਹਿੰਦੇ ਸੀ ਉਹਨਾਂ ਦੇ ਸਾਰੇ ਹੀ ਉਲਟ, ਜਿਹੜਾ ਪੰਜਾਬ ਦੇ ਵਿੱਚ ਸਾਰੇ ਮੀਡੀਆ ਨੂੰ ਖਰੀਦ ਲਿਆ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ। ਲੇਕਿਨ ਅਜੀਤ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਨੂੰ ਵੀ ਉਹਨਾਂ ਨੇ ਦਬਾਅ ਪਾ ਕੇ, ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ, ਲੇਕਿਨ ਅਜੀਤ ਅਖਬਾਰ ਆਪਣੀ ਸੱਚਾਈ ਦੀ ਆਵਾਜ਼ ਨੂੰ ਦਬਾ ਨਹੀਂ ਸਕੇ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਗਵਰਨਰ ਦੇ ਕੋਲੋਂ ਮੰਗ ਕਰਦਾ ਹੈ ਕਿ ਇਹੋ ਜਿਹੀ ਜਾਬਰ ਸਰਕਾਰ ਜਿਹੜੀ, ਜਿਹਦੇ ਸਮੇਂ ਦੇ ਦੌਰਾਨ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਨੇ, ਜਿਹੜੇ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਨਹੀਂ ਦੇਣਾ ਚਾਹੁੰਦੇ, ਇਹੋ ਜਿਹੀ ਸਰਕਾਰ ਨੂੰ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਗਵਰਨਰ ਕੋਲੋਂ ਮੰਗ ਹੈ ਕਿ ਸਰਕਾਰ ਨੂੰ ਭੰਗ ਕੀਤਾ ਜਾਵੇ। ਰਵਿੰਦਰ ਸਿੰਘ ਰਸੂਲਪੁਰ ਜੀ ਇਸ ਵੇਲੇ ਸਾਡੇ ਨਾਲ ਨੇ ਜੀ, ਸਤਿ ਸ਼੍ਰੀ ਅਕਾਲ ਸਰ। ਅੱਜ ਜੋ ਪੰਜਾਬ ਦੇ ਪਹਿਰਾ ਦੇਣ ਵਾਲੀ, ਪੰਜਾਬ ਦੇ ਪੰਜਾਬੀ ਪੰਜਾਬੀ ਦੀ ਸਾਡੀ ਹਰਮਨ ਪਿਆਰੀ ਅਖਬਾਰ ਜੋ ਅਜੀਤ, ਜਿਹਤੇ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਜੋ ਬਿਲਕੁਲ ਵਿਗੜਿਆ ਹੋਇਆ, ਜਿਹੜਾ ਕਿ ਨਾ ਅੱਜ ਪੰਜਾਬੀ ਦੇ ਇੱਕ ਨਾ ਪੰਜਾਬੀ ਉੱਤੇ ਹਮਲਾ ਕਰ ਰਿਹਾ, ਔਰ ਦੇਸ਼ ਭਰ ਦੇ ਜਿੱਥੇ ਵੀ ਕਿ ਨਾ ਦਾ ਵਿਦੇਸ਼ਾਂ ਵਿੱਚ ਪੰਜਾਬੀ ਬੈਠਾ, ਉਹ ਸਾਰੇ ਦਾ ਸਾਰਾ ਇਸ ਗੱਲ ਦਾ ਵਿਰੋਧ ਕਰਦਾ। ਅੱਜ ਸਖ਼ਤ ਸਾਹਿਬ ਦਾ ਨਿਖੇਧੀ ਕਰਦੇ ਹਾਂ, ਗਵਰਨਰ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਇਸ ਸਰਕਾਰ ਨੂੰ ਚਲਦਾ ਕੀਤਾ ਜਾਵੇ, ਅਤੇ ਪੰਜਾਬ ਅਤੇ ਪੰਜਾਬੀ ਦੇ ਪਹਿਰਾ ਦੇਣ ਵਾਲਾ ਅਜੀਤ ਅਖਬਾਰ, ਸਰਦਾਰ ਬਲਜਿੰਦਰ ਸਿੰਘ ਜੀ ਹਮਦਰਦ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਕਿਨਾਂ ਡਟ ਕੇ ਪਹਿਰਾ ਦਿੱਤਾ, ਅਸੀਂ ਉਹਨਾਂ ਦੇ ਨਾਲ ਖੜੇ। ਧੰਨਵਾਦ ਜੀ। ਸ਼ੁਕਰੀਆ।